الرحمن الرحیم. السلام علیکم ورحمۃ اللہ وبرکاتہ. اج دی جناب ویڈیو پنجابی ریئیکشن رانا اعجاز صاحب نے کمال ہی کر دیتا یار. ایک چھوٹی جی ویڈیو ہے, شارٹ ویڈیو ہے, بالکل 10-12 منٹ کی ہوگی اور مجھے لگتا ہے کہ آپ لوگوں کو یہ بہت پسند آئے گی. پنجابی دے وچ ویڈیو ہے تے ایدے وچ بہت ہی بڑا ایک مقصد ہے اور وہ کی مقصد ہے وہ جدوں تسی ویڈیو ویکھو گے تے انشاءاللہ العزیز تہانوں بہت ہی پسند آئے گا. یقین کرو کہ ایک دفعہ جب میں ویڈیو ویکھی تو میرے ذہن چ آیا میں کہ یار یہ اوپر ریئیکشن لازمی بنانا ہے, کیونکہ ایک ایسی وی آئی پی ویڈیو بہت اس ٹاپک تے بہت گھٹ ویڈیو بن دی ہیں جس ٹاپک اسی بنا جا رہے ہیں. رانا اعجاز صاحب کا بہت بہت شکریہ جنہوں نے یہ ویڈیو بنائی اور ایک بہترین سبق دیتا ساری اس معاشرے نو, اور تسی بھی ویکھو اور انشاءاللہ انجوائے بھی کرو گے, لیکن نال نال خدا را جو میسج دے رہے ہیں اس کے اوپر عمل کرنے دی بھی اللہ پاک سانو توفیق عطا فرمائے. بہت ہی زبردست میسج ہے سارے سارے واسطے جنہ دیا تھیاں نے, اللہ پاک ہر کسی کے نصیب بہت اچھے کرے. کون آ گیا ادھی رات نو؟ آ رہے ہیں بھائی, آ رہے ہیں. لا الہ الا اللہ محمد رسول اللہ. اچھا بھی مالکا جی میں تو رکھی ਅੱਧੀ ਰਾਤ ਨੂੰ ਜਿਲੇ ਧੀ ਮਾਪਿਆਂ ਦੇ ਘਰ ਕੱਲੀ ਆਉਂਦੀ ਹੈ ਨਾ ਤੇ ਉਹਨੂੰ ਇਹ ਨਹੀਂ ਪੁੱਛੀਦਾ ਖੈਰ ਹੈ ਨਾ. ਹੋਣਾ ਸੀ ਇਹ ਜ਼ੁਲਮ ਦਾ ਪੰਛੀ ਜਿੱਥੋਂ ਉੱਡਦਾ ਹੈ ਨਾ ਜੀ ਉਸ ਛਤਰੀ ਤੇ ਇੱਕ ਵਾਰੀ ਵਾਪਸ ਜ਼ਰੂਰ ਆ ਕੇ ਬਹਿੰਦਾ. ਆਪਣਾ ਠਿਕਾਣਾ ਨਹੀਂ ਭੁੱਲਦਾ. ਨਾ ਰੋ ਨਾ ਰੋ ਨਾ ਰੋ ਨਾ ਰੋ ਨਾ ਰੋ. ਵਾਹ ਰੱਬਾ, ਕਿਸੇ ਦੀਆਂ ਕੀਤੀਆਂ ਕੋਈ ਹੋਰ ਭਰਨ ਦੇ. ਕੀਤੀਆਂ ਧੀਏ ਮੇਰੀਆਂ ਨੇ, ਭਰਨੀਆਂ ਤੈਨੂੰ ਪੈ ਰਹੀਆਂ ਨੇ. ਮੈਂ ਵੀ ਨਾ
ਜਿੱਦਾਂ ਅੱਜ ਤੇਰਾ ਮੂੰਹ ਸੁੱਜਾ ਹੈ ਨਾ ਨੀਲ ਪਏ ਮੈਂ ਵੀ ਜਵਾਨੀ ਚ ਤੇਰੀ ਮਾਂ ਨੂੰ ਨਾ ਏਦਾਂ ਹੀ ਨੀਲ ਪਾ ਕੇ ਸਜਾ ਕੇ ਇਹਦੇ ਮਾਪੇ ਹਾਲ ਭੇਜਦਾ ਰਿਹਾ ਬਣਦੀ ਏ ਸਜ਼ਾ ਮੇਰੀ ਬਣਦੀ ਏ ਬਣਦੀ ਏ ਸਹੀ ਫੈਸਲਾ ਮੰਨ ਲਿਆ ਪਰ ਕੀਤੀਆਂ ਹੋਈਆਂ ਪਿਓ ਦੀਆਂ ਤੇ ਭਰਨ ਧੀ ਨਹੀਂ ਚੁੱਪ ਕਰ ਜਾ ਤੇਰਾ ਨਹੀਂ ਕਸੂਰ ਇਹ ਮੇਰੇ ਗੁਨਾਹ ਮੁੜ ਕੇ ਆਉਣ ਡੇ ਨੇ ਮੇਰੇ ਸਾਹਮਣੇ ਉਦੋਂ ਸੋਚਿਆ ਹੁੰਦਾ ਜਿਹੜੇ ਮੈਂ ਤੇਰੀ ਮਾਂ ਨੂੰ ਮਾਰਦਾ ਸੀਗਾ ਜਿੱਦਾਂ ਅੱਜ ਤੂੰ ਨਿੱਕੀ ਜੀ ਧੀ ਚੁੱਕ ਕੇ ਆਈ ਆ ਨਾ ਏਦਾਂ ਹੀ ਤੂੰ ਇਹਦੇ ਕੁੱਛੜ ਹੁੰਦੀ ਸੀ ਤੈਨੂੰ ਮੈਂ ਮਾਰ ਕੇ ਭੇਜਦਾ ਹੁੰਦਾ ਵਾਹ ਬਾਤ ਠੀਕ ਫੈਸਲਾ ਹੋਇਆ ਠੀਕ ਫੈਸਲਾ ਹੋਇਆ ਪਰ ਸਜ਼ਾ ਮੈਨੂੰ ਮਿਲਣੀ ਚਾਹੀਦੀ ਸੀ ਨਾ ਤੇ ਭੁਗਤ ਮੇਰੀ ਧੀ ਨਹੀਂ ਕੌਣ ਆ ਗਿਆ ਹੁਣ ਅਰੇ ਹਾਂ ਵੀ ਲਾਮੀਆਂ ਅੱਲਾ ਮੀਆਂ ਮੈਨੂੰ ਮਾਫ ਕਰ ਦੇ ਅੱਲਾ ਰਹਿਮਤ ਰਹਿਮਤ ਰੱਬ ਦੀ ਵਾਹ ਰੱਬਾ ਵਾਹ ਜਿਹੜਾ ਮਾਰ ਕੇ ਭੇਜੇ ਉਹ ਬੂਹੇ ਬੜੇ ਤੇ ਉੱਠ ਕੇ ਖੜੇ ਹੋ ਜਾਣਾ ਜਿਹੜਾ ਮੂੰਹ ਤੇ ਨੀਲ ਪਾਵੇ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਣਾ ਕਿਹੜੀ ਗੁੜਤੀ ਦੇ ਕੇ ਭੇਜਦਾ ਜੰਮਣ ਲੱਗਿਆ ਇਹਨਾਂ ਧੀਆਂ ਨੂੰ ਮਰਦ ਜਦੋਂ ਧੌਣ ਸਿੱਟ ਲਵੇ ਨਾ ਤੇ ਸਮਝੀਦਾ ਹੁੰਦਾ ਹਰ ਗਿਆ ਤੇ ਹਰੇ ਤੇ ਘਰ ਆ ਇਹਨੂੰ ਸ਼ਰਮਿੰਦਾ ਨਹੀਂ ਕਰੀਦਾ ਪਤਾ ਨਹੀਂ ਇਹ ਰੀਤ ਕਦੋਂ ਤੱਕ ਇੱਦਾਂ ਹੀ ਚੱਲਦੀ ਰਹਿਣੀ ਮੇਰਾ ਨਾ ਮੇਰਾ ਪਿਓ ਵੀ ਮੇਰੀ ਮਾਂ ਨੂੰ ਮਾਰਦਾ ਸੀ ਅੱਗੇ ਉਹੀ ਕੰਮ ਮੈਂ ਰੱਖਿਆ ਯਾਰ ਮੈਂ ਵੀ ਤੈਨੂੰ ਜ਼ਿੰਦਗੀ ਸੁੱਖ ਦਾ ਸਾਹ ਨਹੀਂ ਆਉਣ ਦਿੱਤਾ ਕਮਾਲ ਤੇ ਉਹੀ ਕੰਮ ਅੱਗੇ ਹੁਣ ਮੇਰੀ ਧੀ ਨਾਲ ਇਸ ਰੀਤ ਨੂੰ ਖਤਮ ਕਰ ਦੇ ਯਾਰ ਤੂੰ ਹੀ ਸਿਆਣਾ ਬਣ ਜਾ ਵੜ ਦੇ ਇਸ ਰੀਤ ਨੂੰ ਇੱਥੇ ਨਾ ਵਧਾਓ ਇਸ ਕੰਮ ਨੂੰ ਹੋਰ ਦੇਖ ਕਿੱਡੀ ਸੋਹਣੀ ਰੱਬ ਨੇ ਤੈਨੂੰ ਧੀ ਦਿੱਤੀ ਤੂੰ ਕੀ ਚਾਹੁੰਦਾ ਜਿੱਦਾਂ ਅੱਜ ਮੇਰੀ ਧੀ ਦੇ ਮੂੰਹ ਤੇ ਲਾਸ਼ਾਂ ਪਈਆਂ ਕੱਲ ਨੂੰ ਤੇਰੀ ਧੀ ਦੇ ਮੂੰਹ ਤੇ ਵੀ ਇੱਦਾਂ ਹੀ ਲਾਸ਼ਾਂ ਪੈਣ ਮੇਰੀ ਜਗ੍ਹਾ ਤੇ ਬਹਿ ਕੇ ਦੇਖ ਕੱਲ ਨੂੰ ਬੁੱਢਾ ਹੋ ਕੇ ਇਸ ਮੰਜੇ ਤੇ ਤੂੰ ਬੈਠਾ ਹੋਵੇ
ਤੇ ਤੇਰੀ ਅਣਲਿਖੀ ਜਿਹੀ ਇੱਕ ਸਾਲ ਦੀ ਧੀ ਸੁੱਜੇ ਮੂੰਹ ਨਾਲ ਬੂਹਾ ਅੰਦਰ ਲੰਘੇ, ਦੱਸ ਕਲੇਜਾ ਪਾਟੂ ਕਿ ਨਹੀਂ ਪਾਟੂ? ਬਸ ਕਰ ਦਿਓ ਯਾਰ, ਬਸ ਕਰ ਦਿਓ, ਬਸ ਕਰ ਦਿਓ, ਧੀਆਂ ਨੂੰ ਘੁੱਟਣਾ ਬਸ ਕਰ ਦਿਓ ਯਾਰ। ਸਰੀਤ ਨੂੰ ਅੱਗੇ ਖਤਮ ਕਰ ਦਿਆ, ਤੇਰਾ ਲੱਖ ਲੱਖ ਸ਼ੁਕਰ ਆ। ਜਿਹੜੀ ਰਸਮ ਸਾਡੇ ਪਿਓ ਦਾਦਿਆਂ ਨੇ ਸ਼ੁਰੂ ਕੀਤੀ, ਅੱਜ ਉਹ ਰਸਮ ਹਮੇਸ਼ਾ ਵਾਸਤੇ ਮੁੱਕ ਗਈ। ਯਾ ਅੱਲਾ ਸਭ ਨੂੰ ਹਦਾਇਤ ਦੇ ਦੇ, ਯਾ ਅੱਲਾ ਕੁੱਲ ਜਹਾਨ ਦੀਆਂ ਧੀਆਂ ਨੂੰ ਮੇਰੀ ਧੀ ਤਰ੍ਹਾਂ ਸੁੱਖ ਦੇ ਦੇ। ਯਾਰ ਤੁਸੀਂ ਲਾਜ਼ਮੀ ਦੱਸਣਾ ਕਿ ਤੁਹਾਨੂੰ ਇਹ ਛੋਟੀ ਜਿਹੀ ਵੀਡੀਓ ਕੈਸੀ ਲੱਗੀ। ਯਕੀਨ ਕਰੋ ਕਿ ਮੈਂ ਜਦੋਂ ਇਹ ਵੀਡੀਓ ਵੇਖੀ ਹੈ ਨਾ, ਇੱਕ ਦਫ਼ਾ ਰੂਹ ਜਿਹੜੀ ਹੈ ਨਾ ਕੰਬ ਜਾਂਦੀ ਹੈ ਬੰਦੇ ਦੀ। ਬਹਰਹਾਲ ਤੁਸੀਂ ਕਮੈਂਟਸਾਂ ਦੇ ਵਿੱਚ ਲਾਜ਼ਮੀ ਦੱਸਿਓ ਕਿ ਤੁਹਾਨੂੰ ਇਹ ਜਨਾਬ ਵੀਡੀਓ ਕੈਸੀ ਲੱਗੀ ਹੈ। ਠੀਕ ਹੈ, ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ।